ਪਿੰਡ ਨਾਰੰਗਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਫਗਵਾੜਾ ਤਹਿਸੀਲ ਨਿਯੁਕਤ ਗਾਰਡੀਅਨਸ ਆਫ ਗਵਰਨੈਂਸ ਖੁਸ਼ਹਾਲੀ ਦੇ ਰੱਖ ਦੀ ਟੀਮ ਨੇ ਕਰਨਲ ਤਰਨਜੀਤ ਸਿੰਘ ਦੀ ਅਗਵਾਈ ਹੇਠ ਸਰਪੰਚ ਹਰਵਿੰਦਰ ਸਿੰਘ ਨਾਰੰਗਪੁਰ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਾਤਾਵਰਨ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਬੂਟੇ ਲਗਾਏ ਗਏ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਨਾਰੰਗਪੁਰ ਨੇ ਕਿਹਾ ਕਿ ਪਿੰਡ ਦੇ ਵਾਤਾਵਰਨ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਸਮੁੱਚੀ ਖੁਸ਼ਹਾਲੀ ਦੇ ਰਾਖੇ ਦੀ ਟੀਮ ਨੇ ਫਗਵਾੜਾ ਦੇ ਸਹਿਯੋਗ ਨਾਲ 500 ਦੇ ਕਰੀਬ ਬੂਟੇ ਲਗਾਏ ਜਾਣਗੇ ਅਤੇ ਨਾਲ ਹੀ ਇਹਨਾਂ ਦੀ ਪੂਰੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ। ਮੇਰਾ ਨਾਮ ਹਰਵਿੰਦਰ ਸਿੰਘ, ਮੈਂ ਪਿੰਡ ਨਾਰੰਗ ਸ਼ਾਹਪੁਰ ਦਾ ਸਰਪੰਚ ਹਾਂ ਜੀ ਅਤੇ ਜੋ ਸਰਕਾਰ ਨੇ ਜੀ ਜੀ ਟੀਮ ਨੇ ਬੂਟੇ ਲਾਉਣ ਦੀ ਮੁਹਿੰਮ ਚਲਾਈ ਹੈ ਜੀ, ਅੱਜ ਨਾਰੰਗ ਸ਼ਾਹਪੁਰ ਸਕੂਲ 'ਚ ਬੂਟਾ ਲਾ ਕੇ ਮੁਹਿੰਮ ਸ਼ੁਰੂਆਤ ਕੀਤੀ ਹੈ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਕੂਲ ਵਿੱਚ ਜੀਓ ਜੀ ਦੀ ਟੀਮ ਆਈ ਹੈ, ਜਿਨ੍ਹਾਂ ਦੀ ਮੇਨ ਮੁਹਿੰਮ ਆ ਕਿ ਆਪਾਂ ਅਲੱਗ ਅਲੱਗ ਸਕੂਲਸ ਵਿੱਚ ਜਾਂ ਅਲੱਗ ਅਲੱਗ ਵਿਲੇਜ ਵਿੱਚ ਜਾ ਕੇ ਮਤਲਬ ਕਿ ਜਦ ਪੌਦੇ ਲਗਾਉਣੇ ਤਾਂ ਕਿ ਸਾਡਾ ਵਾਤਾਵਰਨ ਬਿਲਕੁਲ ਸਾਫ਼ ਸੁਥਰਾ ਹੋਵੇ ਅਤੇ ਆਪਾਂ ਨੂੰ ਜਿਹੜੀ ਮੀਂਹ ਦੀ ਘਾਟ ਆ, ਇੰਨੀ ਪੋਲਿਊਸ਼ਨ ਆ, ਇੰਨੀ ਗਰਮੀ ਪੈ ਰਹੀ ਆ, ਉਹਨੂੰ ਰੋਕਣ ਵਾਸਤੇ ਇਹਨਾਂ ਨੇ ਜੋ ਆਪਣਾ ਕੈਂਪੇਨ ਸ਼ੁਰੂ ਕੀਤਾ, ਇਟਸ ਵੈਰੀ ਗੁੱਡ ਐਂਡ ਆਈ ਐਪਰੀਸ਼ੀਏਟ ਰੀਅਲੀ ਇਟ ਬਾਏ ਜੀਓ ਜੀ। ਇਸ ਮੌਕੇ ਕਰਨਲ ਤਰਨਜੀਤ ਸਿੰਘ ਮੁਖੀ ਖੁਸ਼ਹਾਲੀ ਦੇ ਰਾਖੇ ਟੀਮ ਫਗਵਾੜਾ ਨੇ ਸਰਪੰਚ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਨ ਦੀ ਸੰਭਾਲ ਕਰਨ ਨੂੰ ਪ੍ਰੇਰਿਤ ਕੀਤਾ। ਅੱਜ ਅਸੀਂ ਪਿੰਡ ਨਾਰੰਗਪੁਰ ਤਹਿਸੀਲ ਫਗਵਾੜਾ ਇੱਥੇ ਗਏ ਸਾਂ। ਸਾਡਾ ਮੇਨ ਅੱਜ ਦਾ ਮੁੱਦਾ ਇਹ ਸੀ ਕਿ ਵੀ ਇੱਥੇ ਹਰਿਆਲੀ ਵਾਲੇ ਲੋਕਾਂ ਨੂੰ ਜਾਗਰੂਕਤਾ ਕੀਤੀ ਜਾਏ। ਇਹਨਾਂ ਪਿੰਡਾਂ ਨੂੰ ਕਾਫੀ ਦਰਖਤ ਮਿਲੇ ਨੇ ਲਾਉਣ ਲਈ, ਤਕਰੀਬਨ ਮੇਰੇ ਖਿਆਲ 800 ਦੇ ਕਰੀਬ ਦਰਖਤ ਮਿਲੇ ਨੇ ਅਤੇ ਅਸੀਂ ਜੋ ਸਾਡੇ ਜੀ ਓ ਜੀ ਨੇ ਉਹ ਇਹਦੇ ਭਾਗੀਦਾਰ ਬਣਨਾ ਚਾਹੁੰਦੇ ਸੀ। ਅਸੀਂ ਇਸ ਪਿੰਡ ਵਿੱਚ ਐਲੀਮੈਂਟਰੀ ਸਕੂਲ ਇੱਕ ਹੈਗਾ, ਉਹ ਸਕੂਲ ਵੀ ਜਾ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਜਿਹੜੇ ਟੋਡਲਰ ਹੁੰਦੇ ਆ ਉਹਨਾਂ ਨੂੰ ਜਾ ਕੇ ਨਾਲ ਵਿੱਚ ਮਿਲਾਇਆ, ਅਸੀਂ ਉਹਨਾਂ ਨੂੰ ਦੱਸਿਆ ਜਿਹੜੀ ਵੀ ਸਟੈਂਡਰਡ ਲੈਂਗੁਏਜ ਉਹ ਸਮਝ ਸਕਦੇ ਸਨ, ਉਹਨਾਂ ਨੂੰ ਦੱਸਿਆ ਵੀ ਹਰਿਆਲੀ ਦੇ ਕੀ ਕੀ ਫਾਇਦੇ ਨੇ। ਉਹ ਸਕੂਲ ਜਾ ਕੇ ਅਸੀਂ ਦੋ ਦਰਖਤ ਲਾਇਆ ਉੱਥੇ ਦੇ ਪਿੰਡ ਦੇ ਸਰਪੰਚ ਨਾਲ ਮੁਲਾਕਾਤ ਕੀਤੀ। ਉਹਨਾਂ ਸਾਨੂੰ ਦੱਸਿਆ ਕਿ ਅਸੀਂ ਬਾਕੀ ਪਿੰਡ ਦੇ ਹਿੱਸੇ ਅਸੀਂ ਤਕਰੀਬਨ 800 ਦੇ ਕਰੀਬ ਬੂਟੇ ਲਾ ਰਹੇ ਹਾਂ। ਇਸ ਮੌਕੇ ਪੰਚ ਲਖਵੀਰ ਸਿੰਘ, ਪੰਚ ਤਰਲੋਕ ਸਿੰਘ, ਪੰਚ ਤਰਸੇਮ ਸਿੰਘ, ਬਾਬਾ ਕੁਲਦੀਪ ਸਿੰਘ, ਪੰਚ ਨਛੱਤਰ ਕੌਰ, ਸੁਪਰਵਾਈਜ਼ਰ ਦਿਨੇਸ਼ ਕੁਮਾਰ ਜੀ ਓ ਜੀ, ਸੂਬੇ ਦਾ ਮੇਜਰ ਕੁਲਵਿੰਦਰ ਸਿੰਘ ਰਾਮਪੁਰ ਕਲਿਆਣ, ਕਿਰਪਾਲ ਸਿੰਘ ਮਾਇਆਪੱਟੀ, ਚਰਨਜੀਤ ਸਿੰਘ ਡੁਮੇਲੀ, ਓਂਕਾਰ ਸਿੰਘ ਪਾਂਸ਼ਟਾ, ਪ੍ਰੇਮ ਸਿੰਘ ਭੁੱਲਾਰਾਈ, ਰਾਮਪਾਲ ਰਾਵਲਪਿੰਡੀ, ਨਾਨਕ ਸਿੰਘ ਹਰਬੰਸਪੁਰ, ਹਰਜਿੰਦਰ ਸਿੰਘ ਵਾਹਿਦ, ਮੱਖਣ ਸਿੰਘ ਹਰੀਆਬਾਦ, ਸੁਖਦੇਵ ਸਿੰਘ ਨਾਰੰਗਪੁਰ, ਦੀਸ਼ਾ ਮਲਕਪੁਰ, ਅੰਗਰੇਜ਼ ਸਿੰਘ ਤੋਂ ਇਲਾਵਾ ਹੋਰ ਅਨੇਕਾਂ ਮੋਹਤਵਾਲ ਪਿੰਡ ਵਾਸੀ ਹਾਜ਼ਰ ਸਨ।